ਹੁਣ ਜਾਂਦੇ ਨਾ ਦੱਸਣ ਦਾ ਵੀ ਕਿਤੇ ਉਹਨੂੰ ਕੀ ਦੱਸਣ ਦਾ ਵੀ ਹੈ ਹੋਈ ਹੂੰ ਕਿ ਉੱਥੇ ਤੇਰਾ ਨਾਂ ਨੂੰ ਲਿਖਾਏ ਨਹੀਂ ਨਹੀਂ ਉਹ ਨਹੀਂ ਮੈਂ ਦੱਸਦੀ ਹਾਂ ਪਰ ਉਦਾਂ ਕਿੱਦਾਂ ਹੋਊਗੀ ਆਂਦੇ ਉੱਥੇ ਬੜੀ ਪਰੇਸ਼ਾਨੀ ਹੁੰਦੀ ਆ ਜਿੰਦਰ ਉਦਾਂ ਪਰੇਸ਼ਾਨੀ ਕੋਈ ਦੀਗੀ ਹਾਂ ਉਹਨਾਂ ਨੇ ਤੈਨੂੰ ਸਾਰਿਆਂ ਦੱਸਿਆ ਨਾ ਵੀ ਅਸੀਂ ਡੀਲ ਚੰਗੀ ਤਰ੍ਹਾਂ ਹੀ ਕਰਦੇ ਆਂ ਬੰਦੇ ਨੂੰ ਹੂੰ ਵੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਗੀ ਟੂਰ ਤੇ ਸਿਰਫ ਨਸ਼ੇ ਦੀ ਆਉਂਦੀ ਆ ਨਾ ਅੱਛਾ ਉਦਾਂ ਕੋਈ ਪਰੇਸ਼ਾਨੀ ਨਹੀਂ ਗੀ ਹਾਏ ਕੀ ਆਦਾਂ ਆਪਣੇ ਪੁੱਤ ਨੂੰ ਇਦਾਂ ਦੁੱਧ ਕਿਉਂ ਨਾ ਪਾਲ ਕੇ ਤੇ ਲੱਖਾਂ ਤੋਂ ਪਰੋਖਾ ਕਰਨਾ ਕੋਈ ਚੰਗੀ ਗੱਲ ਹੁਣ ਅਜੇ ਦੱਸ ਨਾ ਤਵੀ ਆ ਦੇਤਾ ਉਹਨਾਂ ਨੇ ਲਿਖ ਕੇ ਕਾਗਜ਼ ਰੱਖ ਲਓ ਹੋਵੇ ਇਹੀ ਨਾ ਲਵੇ ਕਿਤੇ ਨਹੀਂ ਨਾ ਜਾਵੇ ਇਧਰੋਂ ਮੈਂ ਹਾਏ ਕਿਤੇ ਮੇਰੇ ਕੋਲ ਇੱਥੇ ਗਿੱਲਾ ਜਿਹਾ ਹੋ ਗਿਆ ਮੁੜਕਾ ਆਣ ਕੇ ਇਹਨੂੰ ਰੱਖ ਲੈਂਦੇ ਆ ਚੱਲ ਚੱਲ ਮੈਂ ਚੱਲ ਜਾਣੀ ਤੁਰ ਕੇ ਆ ਜਾਓ ਲਾ ਲਓ ਮੋਟਰਸਾਈਕਲ ਉਹਦੇ ਸ਼ਾਵੇਂ ਲਾਉਣਾ ਵਾ ਕਿ ਹੋਰ ਮੈਂ ਧੁੱਪੇ ਥੋੜਾ ਲਾ ਦੇਣਾ ਮੁੰਡਾ ਚੱਜਦਾ ਹੁੰਦਾ ਤੇ ਕੀ ਅਸੀਂ ਦੁਪਹਿਰੇ ਧੱਕੇ ਧੋੜੇ ਖਾਣੇ ਸੀ ਇੰਨੀ ਗਰਮੀ ਦੇ ਵਿੱਚ ਕਿਤੇ ਸਾਡੀਆਂ ਬਦਲੇ ਦੇ ਅੰਦਰ ਲੋਕੀ ਖੂਹਾਂ ਤੇ ਛਾਲ ਜਾਲ ਪਾਉਂਦੇ ਆ ਖੂਹ ਨੂੰ ਜਾਲ ਪਾਉਂਦੇ ਆ ਆ ਵੱਡਾ ਬੂਆ ਕੀ ਖੋਲਣਾ ਇੱਥੋਂ ਨਗਾ ਲਓ ਤੇਰੀ ਆ ਜਾ ਤੇ ਕੀ ਖੂਹਾਂ ਤੇ ਜਾਲ ਪਾਉਂਦੇ ਜੰਮਣ ਲੱਗਿਆ ਪਾਉਂਦੇ ਕਿ ਹੁਣ ਜਦੋਂ ਦੂਜੀ ਕਰਦੇ ਆ ਤੇ ਫਿਰ ਕੀ ਸਾਨੂੰ ਰੋਲਣ ਡਿਆ ਏ ਚੰਗਾ ਹੋਵੇ ਤੇ ਸਾਨੂੰ ਘਾਟਾ ਕਾਦਾ ਸਾਨੂੰ ਤੇ ਇਹਨੇ ਚੁੱਕ ਕੇ ਖੜਨਾ ਹਸਪਤਾਲਾਂ ਦੇ ਵਿੱਚ ਕਿ ਅਸੀਂ ਇਹਨੂੰ ਹੁਣ ਖੜਨਾ ਵਾ ਚੱਲ ਆ ਕੇ ਆ ਜਾ ਮੈਨੂੰ ਤੇ ਘਬਰਾਟ ਹੋਣ ਡਈ ਪਤਾ ਨਹੀਂ ਕੀ ਹੋਣ ਡਿਆ ਵਾ ਕੱਲੇ ਬੰਦੇ ਦਾ ਕੁਝ ਨਹੀਂ ਹਾਲ ਕੁੜੀ ਹੀ ਤੇ ਝਾੜੂ ਲਾਉਂਦੀ ਹੁੰਦੀ ਸੀ ਹੁਣ ਕਿਸ ਦਿਨ ਮੇਰੇ ਕੋਲ ਲੱਗਦਾ ਕਿਸ ਦਿਨ ਨਹੀਂ ਲੱਗਦਾ ਕੱਲੀ ਮੈਂ ਕੀ ਕਰਾਂ ਤੇ ਕੱਲੀ ਹੈਗੀ ਆ ਕੱਲੀ ਰਹਿ ਗਈ ਕੁੜੀ ਵਾਵਾ ਲਾਗੋਂ ਕੰਮ ਧੰਦਾ ਕਰਦੀ ਹੁੰਦੀ ਅੱਛਾ ਚਲ ਉਹ ਕੁੜੀ ਹਾਂ ਕੁੜੀ ਗਏ ਕਿੱਦਾਂ ਵਾ ਹੈ ਠੀਕ ਆ ਮਾਤਾ ਹੂੰ ਤੇ ਕੋਈ ਪ੍ਰਾਹੁਣਾ ਕਿੱਥੇ ਆ ਨੀ ਸੁਮਨ ਕੁੜੇ ਮੈਂ ਮੈਂ ਤੇ ਤੇਰੇ ਵੱਲ ਵੇਖ ਕੇ ਤੇ ਕੀ ਹੋ ਗਿਆ ਤੈਨੂੰ ਕੱਲੀ ਆ ਗਈ ਪ੍ਰਾਹੁਣਾ ਕਿੱਥੇ ਆ ਪ੍ਰਾਹੁਣਾ ਮਾਤਾ ਜਿੱਦਾਂ ਦਾ ਤੇਰਾ ਮੁੰਡਾ ਨਿਕਲਿਆ ਉਦਾਂ ਦਾ ਪ੍ਰਾਹੁਣਾ ਨਿਕਲਿਆ ਹੈ ਪ੍ਰਾਹੁਣੇ ਨੂੰ ਕੀ ਹੋਇਆ ਵਾ ਵਿਆਹ ਕਰਾ ਲਾ ਵਿਆਹ ਕਰਾ ਲਾ ਸ਼ਰੀਕ ਨਹੀਂ ਸ਼ਰੀਕ ਜੀਣ ਨਹੀਂ ਦਿੰਦੇ ਤੇ ਕੀ ਕਰਦੀ ਸ਼ਰੀਕ ਨਹੀਂ ਜੀਂਦੇ ਹੁਣ ਕਿੰਨੀ ਕੁ ਤੁਹਾਡੀ ਆਣ ਕੇ ਗੱਲ ਪੁੱਛਣ ਡੇ ਕੋਈ ਵੀ ਨਾ ਕੇ ਉਹੋ ਹੀ ਆਂਦੇ ਹੁੰਦੇ ਸੀ ਕੁੜੀ ਨਹੀਂ ਵਿਆਹੁੰਦੀ ਕੁੜੀ ਵੱਡੀ ਉਮਰ ਦੀ ਕਰ ਲਈ ਇਹਨੇ ਵੱਡੀ ਉਮਰ ਦੀ ਕਰ ਲਈ ਆ ਤੇ ਕੀ ਪਰਾਉਣੇ ਨੂੰ ਉਦੋਂ ਤੇ ਵਿਚੋਲਾ ਬਿਮਾਰੀ ਪੈਣਾ ਕੀੜੇ ਪੈ ਜਾਣ ਵਿਚੋਲੇ ਨੂੰ ਉਹ ਤੇ ਆਂਦਾ ਹੈਗਾ ਮੁੰਡਾ ਸਾਹ ਮੰਮੀ ਤੂੰ ਵੀ ਝਾਟੀ ਉਹਨਾਂ ਦੇ ਮਗਰ ਲੱਗ ਗਈ ਤੇ ਤੂੰ ਬੁਆ ਕੋਹ ਨਹੀਂ ਗਾ ਬੁੜੀਆਂ ਦਾ ਕੀ ਤੀ ਗੇ ਹਾਲ ਵਾ ਜੇ ਕੋਈ ਹੁਣ ਜਾ ਘਰ ਹੁਣ ਆ ਕੇ ਤਾਂ ਮੰਮੀ ਉਹ ਨਸ਼ਾ ਕਰਦਾ ਵਾ ਸ਼ਰਾਬ ਵੀ ਪੀਂਦਾ ਚਿੱਟਾ ਵੀ ਲਾਉਂਦਾ ਹਾਏ ਮੈਂ ਮਰ ਹੁਣ ਮੈਂ ਤੈਨੂੰ ਕੀ ਦੱਸਾਂ ਰਾਤ ਨੂੰ ਅੰਦਰ ਵੜ ਕੇ ਤੇ ਕੁੱਟਦਾ ਵੀ ਹੈਗਾ ਇਹ ਮੈਨੂੰ ਉਹ ਕਲੇਸ ਪਾਈ ਉਹਨੇ ਸਵੇਰ ਦੀ ਕੋਈ ਹਿਸਾਬ ਨਹੀਂ ਫਿਰ ਮੈਂ ਤੇ ਛੱਡ ਛੁੱਟ ਕੇ ਆ ਗਈ ਇਦਾਂ ਹੀ ਓਏ ਹਾਏ ਤੇ ਤੂੰ ਲੀੜੇ ਦੂਜੇ ਪਾ ਆਉਂਦੀ ਲੀੜੇ ਕੀ ਪਾਉਣੇ ਮੰਮੀ ਕੋਈ ਸੋਜਣ ਡਿਆ ਏ ਨਾ ਉੱਥੇ ਰੋਟੀ ਲੰਘਦੀ ਆ ਨਾ ਉੱਥੇ ਪਾਣੀ ਲੰਘਦਾ ਓਏ ਜ਼ਿੰਦਗੀ ਆ ਮੈਨੂੰ ਰੋੜ ਕੇ ਰੱਖ ਦਿੱਤਾ ਜੇ ਤੁਸੀਂ ਬੜੀ ਤੁਹਾਨੂੰ ਕਾਲੀ ਲੱਗੀ ਆ ਵਿਚੋਲਾ ਅੰਤਰੇ ਛਾਪਾਂ ਪਵਾ ਲੈਂਦੇ ਕੜੇ ਪਵਾ ਲੈਂਦੇ ਤੇ ਲੋਕਾਂ ਦੀਆਂ ਧੀਆਂ ਦੀਆਂ ਜ਼ਿੰਦਗੀਆਂ ਬਿਮਾਰ ਵਿਚੋਲੇ ਦੀ ਮੰਮੀ ਕਿਹੜੀ ਗੱਲ ਹੁੰਦੀ ਤੁਸੀਂ ਆ ਪਤਾ ਕਰ ਲੈਂਦੇ ਆ ਪਤਾ ਮੈਂ ਕੀ ਕਰਨਾ ਸੀ ਮੈਂ ਤਾਂ ਉਹਦੇ ਸਿਰ ਤੇ ਗੱਲ ਸੁਣ ਲੋਕੀ ਵਿਚੋਲੇ ਦੇ ਸਿਰ ਤੇ ਨਹੀਂ ਗੱਲ ਸੁਣਦੇ ਆਪ ਵੀ ਪਤਾ ਕਰਦੇ ਥੋੜਾ ਬਹੁਤਾ ਠੀਕ ਹੈ ਤੂੰ ਵੀ ਨਾ ਮੈਨੂੰ ਦੱਸਿਆ ਉਦੋਂ ਵੀ ਚੱਲ ਮੰਮੀ ਤੂੰ ਹੀ ਪਤਾ ਕਰ ਆ ਜਾ ਮੰਮੀ ਮੈਂ ਤਾਂ ਪੜਦੇ ਪਾਉਂਦੀ ਰਹੀ ਵੀ ਤੁਸੀਂ ਠੀਕ ਨਹੀਂ ਰਹਿੰਦੇ ਕੀ ਤੁਹਾਨੂੰ ਟੈਨਸ਼ਨ ਦੇਣੀ ਕੀ ਦੇਣੀ ਹੈ ਪਰ ਸਿਰ ਤੋਂ ਪਾਣੀ ਲੰਘ ਗਿਆ ਮੈਂ ਤਾਂ ਫਿਰ ਹੁਣ ਆਈ ਹੈ ਤੇ ਮੈਂ ਤੇ ਆਂਦੀ ਸੀ ਚੱਲ ਧੀ ਵਿਆਹੂਗੀ ਜਵਾਈ ਘਰ ਆਊਗਾ ਆਪਣਾ ਕੰਮ ਤੁਸੀਂ ਸਾਂਭੋਗੇ ਇੰਨਾ ਕੰਮ ਵਾ ਕਰਦਾ ਜਵਾਈ ਨੇ ਸਾਂਭਣਾ ਜਵਾਈ ਆਪਣਾ ਆਪ ਨਹੀਂ ਸਾਂਭ ਸਕਦਾ ਤੇ ਉਹਨੇ ਕੀ ਆਣ ਕੇ ਸਾਨੂੰ ਸਾਂਭਣਾ ਤੇ ਕਿੱਦਾਂ ਬਣੂਗਾ ਹੁਣ ਸਾਡਾ ਹਾਲ ਹੈ ਬਹਾਨਾ ਕੀ ਮੰਮੀ ਜੋ ਮਰਜ਼ੀ ਕਰ ਲਓ ਮੈਂ ਨਹੀਂ ਜੀ ਉੱਥੇ ਜਾਣਾ ਤੇ ਕੀ ਕਰਾਂ ਫੇਰ ਦੱਸ ਹੁਣ ਮੈਂ ਅੱਗੇ ਨੂੰ ਤੇ ਜ਼ਿਆਦੀਆਂ ਹੀ ਦੁਖੀ ਹੋ ਗਈਆਂ ਹੋਰ ਕੀ ਹੈ ਮੰਮੀ ਤੁਹਾਨੂੰ ਬਹੁਤ ਕਾਲੀ ਲੱਗੀ ਕਾਲੀ ਲੱਗੀ ਆ ਸ਼ਰੀਕ ਨਹੀਂ ਮੈਨੂੰ ਜੀਣ ਦਿੰਦੇ ਕੋਈ ਆਂਦਾ ਹੀ ਪੈਰੀ ਠੇਕੇ ਤੇ ਦੇ ਦੇ ਕੋਈ ਆਂਦਾ ਹੀ ਗਹਿਣੇ ਕਰਦੇ ਸ਼ਰੀਕਾਂ ਦੀ ਕੁੜੀ ਵਿਆਹਲਾ ਤੂੰ ਹਾਂ ਕੁੜੀ ਵਿਆਹਲਾ ਕੁੜੀ ਵਿਆਹਲਾ ਕੀ ਮੰਮੀ ਆਪਾਂ ਆਪਣਾ ਕਰਨ ਡੇ ਕੰਮ ਦੇ ਖਾਣ ਡੇ ਹੀ ਰਮਾਨਾ ਕਿਸੇ ਦੀ ਕੋਈ ਟੈਨਸ਼ਨ ਤਾਂ ਨਹੀਂ ਨਾ ਹੈਗੀ ਹੁਣ ਵਾਧੂ ਦੀਆਂ ਟੈਨਸ਼ਨਾਂ ਪੈ ਗਈਆਂ ਸਿਰ ਤੇ ਟੈਨਸ਼ਨਾਂ ਹੀ ਪੈ ਗਈਆਂ ਕਿ ਹੋਰ ਹੁਣ ਕੀ ਕਰੀਏ ਕੀ ਧੀਏ ਕਰਾਂ ਹੁਣ ਮੈਂ ਮੈਨੂੰ ਨਹੀਂ ਹੁਣ ਕੁਛ ਸੁੱਝਦਾ ਹੈਗਾ ਕਰਨਾ ਕੀ ਹੈ ਹੁਣ ਜ਼ਿੰਦਗੀ ਏਦਾਂ ਹੀ ਲੰਘਣੀ ਹੈ ਹੋਰ ਕਿੱਦਾਂ ਲੰਘਣੀ ਹੈ ਧੱਕਿਆਂ ਜੋਗੀ ਹੈ ਤੇ ਤੈਨੂੰ ਉਹਨੇ ਕੁਛ ਨਹੀਂ ਆਖਿਆ ਆਉਣ ਲੱਗੀ ਨੂੰ ਆਖਣਾ ਕੀ ਮੰਮੀ ਮੇਰੇ ਹੱਥੀ ਪਏ ਸੀ ਤੁਹਾਨੂੰ ਸ਼ਰਮ ਨਾ ਆਈ ਇੰਨਾ ਕੁਛ ਮੈਂ ਦਿੱਤਾ ਇੰਨਾ ਮੈਂ ਦਾਜ ਦਿੱਤਾ ਇੰਨਾ ਮੈਂ ਕਿਤੇ ਸੋਨਾ ਪਾਇਆ ਕਿਤੇ ਇੰਨੀਆਂ ਚੀਜ਼ਾਂ ਦਿੱਤੀਆਂ ਧੀਏ ਤੈਨੂੰ ਉਹਨਾਂ ਨੂੰ ਚੀਜ਼ਾਂ ਨਾ ਕੀ ਉਹ ਆਪਣੀਆਂ ਨਹੀਂ ਛੱਡਣ ਦੇ ਉਹ ਵੇਚਣ ਨੂੰ ਤਿਆਰ ਹੋਏ ਉਹਨਾਂ ਸਾਡੀਆਂ ਚੀਜ਼ਾਂ ਨੂੰ ਕੀ ਕਰਨਾ ਇੱਥੇ ਹੁਣ ਆਊਗਾ ਕਿ ਨਹੀਂ ਉਹਨੇ ਕਿੱਥੇ ਆਉਣਾ ਮੰਮੀ ਮੈਨੂੰ ਕੱਢ ਦਿੱਤਾ ਸ਼ੁਕਰ ਕਰੋ ਮੈਂ ਆ ਗਈ ਸੱਟ ਪੇਟ ਨਹੀਂ ਲਾਈ ਸਹੀ ਸਲਾਮਤ ਆ ਗਈ ਤੁਹਾਡੇ ਕੋਲ
सिर पाट देना है मेरा जिदा सवेरे करन डे हथी है चूड़ा तेरे हथी है जे हां चूड़ा मम्मी आले मेरे को चूड़ा तेरे हथी है जे केड़ियां गल्लां वा ते केड़ा अजे का होया चेर होया वा हां होया अगलौनी एहो जे चूड़े नु जिन्ने सोक ही नहीं देना मासा ओदो मेनू आखे बड़ा साऊ मुंडा करे मैं आख्या विचोले नु हानू ਕਿਤੇ ਨਸ਼ਾ ਪਾਣੀ ਨਾ ਮੁੰਡਾ ਕਰਦਾ ਹੋਵੇ ਕਿਤੇ ਕੁਛ ਖਾਂਦਾ ਨੇ ਆਂਦਾ ਮੁੰਡਾ ਬੜਾ ਸਾਊ ਮੁੰਡਾ ਤੇ ਕਿਤੇ ਕੀ ਨੂੰ ਆਉਂਦਾ ਚੰਗੀ ਸੇਵਾ ਕਰਿਓ ਉਹਦੀ ਚੰਗੀ ਕੁੜੀ ਰਾਜ ਕਰਨ ਦੀ ਉੱਥੇ ਘਰ ਵੀ ਸੌਖਾ ਮੁੰਡਾ ਵੀ ਸੌਖਾ ਅੰਤਰੇ ਕੜੇ ਸ਼ਬਦਾਂ ਤੇ ਪਵਾ ਲੈਂਦੇ ਆ ਤੇ ਲੋਕਾਂ ਦੀਆਂ ਧੀਆਂ ਦੇ ਬਰਬਾਦ ਕਰ ਦਿੰਦੇ ਲੋਕਾਂ ਦੀਆਂ ਧੀਆਂ ਕਾਦੇ ਵਿਚੋਲੇ ਇਹਨਾਂ ਨੂੰ ਕੀੜੇ ਪੈਣ ਹਾਏ ਬਹੁਤ ਮੈਨੂੰ ਘਬਰਾਟ ਹੋਣ ਡਈ ਆ ਦੁੰਦਰ ਤੂੰ ਟੈਨਸ਼ਨ ਲੈਣੀ ਆ ਟੈਨਸ਼ਨ ਨਹੀਂ ਲੈਂਦੀ ਹੁੰਦੀ ਜੇ ਮੈਨੂੰ ਉੱਥੇ ਦੱਸ ਦਿੰਦੀ ਤੇ ਮੈਂ ਤੈਨੂੰ ਉੱਥੇ ਨਿੰਬੂ ਪਾਣੀ ਪਿਆਲ ਦਿੰਦਾ ਹਾਏ ਹਾਏ ਨਿੰਬੂ ਪਾਣੀ ਸੁੱਜਣ ਡਏ ਆ ਰੋਣ ਤੇ ਡਏ ਲੇਖਾਂ ਆਪਣਿਆਂ ਨੂੰ ਵੀ ਕੀ ਸੋਚਣ ਡਏ ਸੀ ਤੇ ਕੀ ਬਣ ਗਿਆ ਵਾ ਸੁਮਨ ਇਹ ਸੁਮਨ ਹਾਏ ਸੁਮਨ ਆਵੇਗਾ ਤੇ ਪਾਣੀ ਘੁੱਟ ਲਿਆਵੇ ਹਾਏ ਕਿੱਡਾ ਜਵਾਨ ਹੀ ਉਹ ਤੇ ਵੇ ਕਿੱਡਾ ਬੈੱਡ ਤੇ ਪਿਆ ਹੀ ਉਹ ਤੇ ਚੱਲਿਆ ਨਹੀਂ ਜਾਂਦਾ ਇਹਨੇ ਕਿਹੜਾ ਆਵਾਜ਼ ਦੇਣੀ ਆਖਿਆ ਜਾ ਤੁਸੀਂ ਲਿਆ ਦੋ ਪਾਣੀ ਘੋਟ ਮੈਂ ਤਾਂ ਕੁੜੀ ਨਹਾਉਣ ਲਈ ਹੋਣੀ ਮੈਨੂੰ ਲੱਗਦਾ ਬਾਥਰੂਮ ਵਿੱਚ ਹੋਣੀ ਆ ਹਾਏ ਮੈਂ ਲਿਉਣਾ ਪਾਣੀ ਬਹੁਤ ਜਾਣੂ ਕੀ ਕੁਛ ਨਹੀਂ ਹਾਲ ਕੀ ਬਣੂਗਾ ਕੋਈ ਲੋਕੀ ਚਾਈ ਮਲਾਈ ਜਾਂਦੇ ਸ਼ਹਿਰੀ ਥਾਈ ਆਪਣਾ ਕੋਈ ਸਮਾਨ ਖਰੀਦ ਕੇ ਲਿਆਉਂਦੇ ਆ ਕੋਈ ਕੁਛ ਖਰੀਦ ਕੇ ਲਿਆਉਂਦਾ ਘਰ ਆਣ ਕੇ ਲੋਕੀ ਮੁੜ ਮੁੜ ਵੇਂਦੇ ਚੀਜ਼ਾਂ ਨੂੰ ਅਸੀਂ ਕਿਹੜੇ ਰਾਵਾਂ 'ਚ ਪਏ ਆ ਅਸੀਂ ਤੇ ਰਾਵਾਂ ਕਿਰਾਏ ਪੈ ਗਏ ਇੱਕ ਹਿਸਾਬ ਦੇ ਕਿੱਦਾਂ ਸਾਡੇ ਘਰ ਦਾ ਝੱਟ ਲੰਘਣਾ ਵਾ ਕਿੱਦਾਂ ਹੋਊਗੀ ਦੱਸੋ ਮੈਨੂੰ ਨਹੀਂ ਮੈਂ ਜੋਤਸ਼ੀ ਆ ਕਿ ਮੈਂ ਦੱਸਣਾ ਵੀ ਇਦਾਂ ਝੱਟ ਲੰਘਣਾ ਤੇ ਇਦਾਂ ਕਰ ਲਈ ਜਦੋਂ ਮਾਲਕ ਨੂੰ ਪਤਾ ਵਾ ਕਿੱਦਾਂ ਲੰਘਣਾ ਕਿੱਦਾਂ ਨਹੀਂ ਲੰਘਣਾ ਮੈਨੂੰ ਤੇ ਆਪ ਨਹੀਂ ਪਤਾ ਵੀ ਕਿੱਦਾਂ ਲੰਘਣਾ ਮੈਂ ਰਿਆ ਸੋਚ ਦੁੱਬਾਂ ਸੋਚਾਂ ਹੀ ਸੋਚੀ ਜਾਂਦਾ ਵਾ ਵੀ ਕਿੱਦਾਂ ਹੋਊਗਾ ਹੁਣ ਜਿਆਦਾ ਤਰੀ ਘਬਰਾਟ ਹੋਣ ਦੀ ਪੀ ਲਿਆ ਪਾਣੀ ਵੇਖੋ ਹੁਣ ਲੱਤਾਂ ਗੋਡੇ ਹੀ ਦੁਖੀ ਜਾਂਦੇ ਪੈਰ ਹੀ ਦੁਖੀ ਜਾਂਦੇ ਆ ਓ ਅੱਗੇ ਹੋਣ ਦਾ ਬਹੁਤ ਓਹੋ ਮੰਮੀ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਗਰਮੀ ਹੈ ਬਹੁਤ ਜ਼ਿਆਦਾ ਵਾ ਆਓ ਕਿਤੇ ਛੱਤ ਵਾਲੇ ਪੱਖੇ ਨਾਲ ਤਾਂ ਕੁਝ ਬਣਦਾ ਹੀ ਨਹੀਂ ਆ ਦੂਜਾ ਲਾ ਲਾ ਪੱਖਾ ਲਾਇਆ ਪੱਖਾ ਤੇ ਉਹ ਲਾ ਲਾ ਫਰਾਟਾ ਹੀ ਲਾਉਣਾ ਪੈਣਾ ਤੇ ਛੱਤ ਤੋਂ ਇੰਜ ਦੱਗ ਡਿੱਗਣ ਡਈ ਹੁੰਦੀ ਆ ਇਹਨਾਂ ਦਿਨਾਂ 'ਚ ਨਹੀਂ ਛੱਤ ਵਾਲੇ ਪੱਖਿਆਂ ਨਾਲ ਸਰਦਾ ਹਨਾ ਦੂਜਾ ਲੈ ਆਓ ਦੂਜਾ ਲੈ ਆਉਂਦੀ ਆ ਏਸੀ ਵੀ ਹੁਣ ਕਿੰਨੀ ਕੁ ਲਾ ਲਾ ਬਵੇ ਬੰਦਾ ਅੰਦਰ ਵੀ ਮੈਂ ਲਿਆਉਂਦੀ ਮੰਮੀ ਆ ਫਰਾਟਾ ਹੀ ਪੱਖਾ ਇੱਥੇ ਕਿ ਲਾ ਲਾ ਮੰਮੀ ਹਨਾ ਆਹ ਗਰਮੀ ਹੈ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਨਾ ਹੁਣ ਫਰਾਟਾ ਲਾ ਲੈਣ ਲੱਗੀ ਆ ਹੁਣ ਤਾਂ ਏਸੀ ਵਾਲੇ ਅੰਦਰੋਂ ਨਿਕਲੀ ਆ ਤੇ ਬਿੱਲ ਜਦੋਂ ਆਇਆ ਉਦੋਂ ਉਹਨੇ ਕਿੰਨੇ ਤਾਰਨਾ ਵਾ ਫੜ ਪਿਆ ਤੇ ਪਿਆ ਚੀਰਾ ਉੱਪਰਲਾ ਚੱਲਣ ਡਿਆ ਪੱਖਾ ਦੀਦੀ ਛੱਤ ਵਾਲੇ ਪੱਖੇ ਨਾਲ ਕੁਛ ਨਹੀਂ ਬਣ ਡਿਆ ਚ ਤਾਂ ਅੱਗ ਹੀ ਉੱਤੋਂ ਡਿੱਗਣ ਡਈ ਆ ਬਹੁਤ ਅੱਗ ਤੈਨੂੰ ਜ਼ਿਆਦਾ ਗਰਮੀ ਲੱਗਦੀ ਲੋਕੀ ਭਲਾ ਡੇ ਕੰਮ ਕਰਨ ਆ ਸਬਜ਼ੀ ਕੱਟ ਤੇ ਸਬਜ਼ੀ ਧਰਨੀ ਆ ਬਸ ਕਰੋ ਦੀਦੀ ਸਾਨੂੰ ਵੀ ਬਸ ਲੈ ਦੋ ਤੇ ਆਪਣੇ ਸਹੁਰੇ ਜਾਓ ਤੁਸੀਂ ਮੈਂ ਨਹੀਂ ਜਾਣਾ ਆਈ ਸਮਝ ਮੈਂ ਵੀ ਅੱਧ ਦੀ ਮਾਲਕ ਵਾਂ ਇੱਥੇ ਅੱਧ ਦੇ ਮਾਲਕ ਹੁਣ ਤੁਸੀਂ ਉੱਥੇ ਜੇ ਉੱਥੇ ਜਾਓ ਇਹ ਸਾਡਾ ਵਾ ਘਰ ਹੁਣ ਸਾਨੂੰ ਵੀ ਬਸ ਲੈ ਦੋ ਬਹੁਤ 4 ਦਿਨ ਆਈ ਨੂੰ ਨਹੀਂ ਹੋਏ ਤੈਨੂੰ ਤੇ ਆ ਮੈਨੂੰ ਵੀ ਬਸ ਲੈ ਦੋ ਮੰਮੀ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਹੀ ਇਹਦੇ ਨਾਲ ਗੱਲ ਕਰਕੇ ਹੀ ਲਿਆਓ ਮੈਨੂੰ ਤੁਸੀਂ ਉਦੋਂ ਤੱਕ ਇੰਨੇ ਜੋਤੀ ਕੁਛ ਬੋਲਦੀ ਨਹੀਂ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਚਲ ਇੱਕ ਜਣੀ ਚੁੱਪ ਕਰ ਜਾ ਕਰੋ ਜਿਹੜਾ ਜਰੇ ਇੱਕ ਜਰਿਆ ਜੋ ਸੋਤਰਿਆ ਮੰਮੀ ਡਿਊਟੀ ਲਾ ਦੋ ਮੇਰੀ ਬੋਲਣ ਦੀ ਜੋਤੀ ਦੀਦੀ ਨੂੰ ਕੋ ਚੁੱਪ ਕਰ ਜੇ ਨਹੀਂ ਚੁੱਪ ਰਹਿ ਸਕਦੀ ਤੇ ਮੈਨੂੰ ਕਰੋ ਅੱਡ ਇੱਥੇ ਤੁਸੀਂ ਮਾਵਾਂ ਕੀ ਕਰੋ ਮੈਂ ਤੇ ਇੰਨਾ ਹੀ ਕਿਹਾ ਏਸੀ ਦਾ ਬਿੱਲ ਕਿੰਨੇ ਤਾਰਨਾ ਹੁਣ ਏਸੀ ਬੰਦ ਕੀਤਾ ਤੁਹਾਨੂੰ ਫਰਾਟਾ ਲਾ ਲਿਆ ਛੱਤ ਵਾਲਾ ਵੀ ਚੱਲਣ ਡਿਆ ਬਹੁਤ ਗਰਮੀ ਵੀ ਬੜੀ ਹੈ ਨਾ ਤੇ ਮੰਮੀ ਨੇ ਕਿਹਾ ਇਹ ਸ਼ਿਮਲੇ ਚੋਂ ਆਈ ਆ ਇਹਨੂੰ ਗਰਮੀ ਬਹੁਤੀ ਲੱਗਦੀ ਬਾਕੀਆਂ ਨੂੰ ਨਹੀਂ ਗਰਮੀ ਲੱਗਦੀ ਉਹ ਵੀ ਗੱਲ ਇਹਦੀ ਕਰਦਾ ਅੱਗੇ ਦੀਦੀ ਦੀਦੀ ਕਰਦਾ ਹੁਣ ਬੀਬੀ ਵੀ ਕਰਦਾ ਉਹ ਵੀ
ਸਾਬੀ ਵੀ ਨਹੀਂ ਕੋਈ ਕਹਿੰਦਾ ਇਹਨੂੰ ਆਪਾਂ ਪਿਲ ਤਾਰਿਆ ਜਾਓ ਤੁਸੀਂ ਸਾਰੇ ਆ ਦੇ ਚੜਾਈ ਰਾ ਦੇਖ ਲੋ ਮੰਮੀ ਦੀਦੀ ਵੱਲ ਮੈਨੂੰ ਕਰੋ ਅੱਡ ਮੈਂ ਨਹੀਂ ਇਕੱਠੇ ਰਹਿ ਸਕਦੀ ਇੱਕ ਦਮਦਾਨ ਚ ਦੋ ਤਲਵਾਰਾਂ ਨਹੀਂ ਦੇ ਸਕਦੀ ਪਤਾ ਲੱਗ ਜੂ ਤੈਨੂੰ ਜਦੋਂ ਸਭ ਕੁਝ ਲੈ ਕੇ ਬਹਿ ਮੈਂ ਅੱਡ ਰਹਿ ਹੋ ਜੂਗੀ ਨਾ ਤੇ ਸੌਖੀ ਹੋ ਜੂਗੀ ਤੁਹਾਡੀ ਕਿੜਕਿੜ ਨਾਲੋਂ ਤਾਂ ਚੰਗਾ ਹੀ ਹੈ ਨਾ ਕੀ ਰੌਲਾ ਪਾਉਂਦੇ ਇਹ ਤਾਂ ਉੱਥੇ ਜਾ ਕੇ ਬਹੁਤ ਹੀ ਬੋਲਣ ਡਿਆ ਵੀ ਇਹ ਪੇਕੇ ਕਦੀ ਚਾਰ ਦਿਨ ਰਹਿ ਹੀ ਹੈ ਤੇ ਇਹਦੀ ਤਾਂ ਬਹੁਤੀ ਜ਼ੁਬਾਨ ਚੱਲਣ ਡਿਆ ਵੀ ਨਾ ਤਾਂ ਤੁਸੀਂ ਕਹਿੰਦੇ ਜੇ ਇਹਨੂੰ ਕੁਛ ਮੈਨੂੰ ਤੁਸੀਂ ਕਹਿੰਦੇ ਲੋਕੀ ਸਗਣ ਧੀਆਂ ਦਾ ਪੱਖ ਪੂਰਦੇ ਧੀਆਂ ਨੂੰ ਸਗੋਂ ਕਹਿੰਦੇ ਕੋਈ ਗੱਲ ਕੋਈ ਗੱਲ ਤੁਸੀਂ ਉਹਦੀ ਸਾਈਡ ਜ਼ਿਆਦਾ ਲੈਂਦੇ ਮੇਰੀ ਸਾਈਡ ਘੱਟ ਲੈਂਦੇ ਜੇ ਬਗਾਨੀ ਬਗਾਨੀ ਕਰਕੇ ਚੱਲ ਆਪਣੀ ਤੁਸੀਂ ਬਗਾਨੀ ਕਰਤੀ ਤੇ ਉੱਥੇ ਉਹ ਉੱਥੇ ਕਹਿ ਦਿੰਦੇ ਉਹ ਉੱਥੋਂ ਦੀ ਆ ਤੂੰ ਉੱਥੋਂ ਦੀ ਨਾ ਤਾਂ ਧੀ ਇੱਧਰ ਦੀ ਨਾ ਉੱਧਰ ਦੀ ਚੁੱਪ ਕੀਤੇ ਨੇ ਲੋਕੀ ਵੀ ਤਮਾਸ਼ਾ ਵੇਖਣਾ ਲੋਕਾਂ ਨੇ ਤੁਹਾਡਾ ਤੇ ਮੈਂ ਮੰਮੀ ਵਾਧੂ ਕੀ ਕਿਹਾ ਤੇ ਸ਼ਿਮਲੇ ਚੋਂ ਆਈ ਆ ਬੰਦਾ ਕੰਮ ਵੀ ਕਰੇ ਹੁਣ ਰਹਿੰਦੀ ਖੁੰਦੀ ਮੈਨੂੰ ਅੱਡ ਕਰ ਦੋ ਆ ਕੋਈ ਗੱਲ ਅੱਡ ਕਿਹਦੇ ਨਾਲ ਹੋਣਾ ਵਾ ਤੇਰੇ ਕੱਲੀ ਨਾ ਮੈਂ ਤੇ ਚਲੀ ਜਾਣਾ ਵਾ ਮੈਨੂੰ ਤਾਂ ਆਂਦੀ ਚਲ ਜਾ ਦੀਦੀ ਤੇ ਅੱਡ ਤੁਹਾਡੇ ਨਾਲ ਹੋਣਾ ਇਹ ਨਹੀਂ ਮੈਂ ਦੀ ਕੋਈ ਹੋਰ ਹੈਗਾ ਉਹ ਦੱਸਾਂ ਕਿ ਅੰਦਰ ਨੇ ਨਾ ਪੁੱਤ ਅੱਡ ਹੁੰਦੇ ਜਾਇਦਾਦ ਵੰਡਣੀ ਨੂੰ ਤੇ ਧੀਆਂ ਹੱਥਾਂ ਦਾ ਦਿੱਤਾ ਲੈ ਜਾਂਦੀਆਂ ਨੇ ਤੁਹਾਡੀ ਗੱਲ ਮੁੱਕੀ ਪੁੱਤ ਹੋਏ ਚੰਗਾ ਤਵਾ ਹੋਏ ਚੰਗਾ ਰੋਟੀ ਸੜੇ ਕੇ ਪੁੱਤ ਹੋਏ ਚੰਗਾ ਨਾ ਲੜੇ ਕਿਉਂ ਤੁਹਾਡਾ ਪੁੱਤ ਹੀ ਨਹੀਂ ਚੰਗਾ ਮੈਂ ਸਮਝੀ ਤੇ ਗੱਲ ਹਾਂ ਜੋ ਚੰਗਾ ਹੋਏ ਨਾ ਸਾਰਾ ਕੁਝ ਠੀਕ ਹੋਏ ਸਭ ਵੀ ਕੁਝ ਕਹਿਣੀ ਨਹੀਂ ਉਹਨੂੰ ਦਿੰਦਾ ਵੇ ਸਮਣਾ ਨਹੀਂ ਸਮਣਾ ਪਾਣੀ ਜਾ ਮੰਮਾ ਸੱਚ ਕਿੱਥੋਂ ਆਉਣੀ ਹੁਣ ਵਿਆਪੇ ਭਜਾਇਆ ਉਹ ਵਿਆਪੇ ਗੜੋਂ ਲਾਈ ਯਾਦ ਤੇ ਆਪ ਆਇਆ ਮੈਂ ਚੱਲ ਕੋਈ ਨਹੀਂ ਆਪਾਂ ਕਿਹੜਾ ਪਾਣੀ ਨਹੀਂ ਪੀ ਸਕਦੇ ਚੱਲ ਗਈ ਚੱਲ ਗਈ ਇੱਦਾਂ ਕਦੇ ਐਡਾ ਪਿਆਰ ਪਿਆਰ ਸਾਨੂੰ ਵੀ ਨਹੀਂ ਮਾਤਾ ਹਾਏ ਹਾਏ ਕੀ ਹੋ ਗਿਆ ਵਾ ਆ ਗਏ ਤੇ ਬੰਦਾ ਦੱਸ ਹੀ ਦੇਵੇ ਮਰਿਆ ਵਾਂਗੂ ਤੇ ਪਿਆ ਹਾਂ ਤੂੰ ਅੰਦਰ ਹੀ ਤੈਨੂੰ ਕੀ ਦੱਸਣਾ ਸੀ ਆ ਪਾਣੀ ਲਿਆਉਣਾ ਪਾਣੀ ਪੀਣਾ ਮੈਂ ਤੇ ਸੁਮਨ ਨੂੰ ਠਾਲ ਪੋ ਤਾਂ ਹੀ ਤੇ ਆਪ ਆਪੇ ਫੜ ਕੇ ਪਾਣੀ ਪੀਤਾ ਆਵੇ ਗਲਾਸ ਪਏ ਆ ਚਾਹ ਬਣਾਉਣ ਨਾਲੇ ਵਧੀਆ ਜੀ ਚਾਹ ਪਤੀ ਪੁੱਤੀ ਤੇਜ਼ ਪਾ ਕੇ ਉਹ ਸੁਮਨ ਕਿੱਥੇ ਆ ਮੈਂ ਨਾ ਕੇ ਨਿਕਲੀ ਨਹੀਂ ਇਹਦੇ ਅੰਦਰੋਂ ਸੁਮਨ ਕਰਤੀ ਯਾਦ ਮੈਂ ਯਾਦ ਵਾਹ ਯਾਦ ਕਿਦਾਂ ਨਹਾਉਣ ਡਈ ਆ ਮੈਂ ਬਾਜ ਮਾਰਾਂ ਨਹੀਂ ਉਹ ਤੋਂ ਹੀ ਨਾਤੀ ਨਹੀਂ ਇਹਦੇ ਸੁਮਨ ਲੱਭ ਲੋ ਹਾਂ ਸੁਮਨ ਬਾਜ ਗਈ ਆ ਬਾਹਰ ਦੇ ਬਾਹਰ ਵੇਸੋਨੂ ਕਿੱਥੇ ਸੁਮਨ ਉਹ ਚਲ ਗਈ ਜਿੱਥੇ ਜਾਣਾ ਸੀ ਜਿੱਥੇ ਦਾ ਟਿਕਾਣਾ ਸੀ ਹਾਏ ਹਾਏ ਮਰ ਗਿਆ ਟਿਕਾਣਾ ਤੇ ਉਹਦਾ ਆ ਵਾ ਵਿਆਹ ਕੇ ਲਿਆਂਦੀ ਆ ਓਏ ਬਾਹਰ ਦੀ ਨਹੀਂ ਕਿੱਥੇ ਆ ਉਹ ਚਲ ਗਈ ਉਹ ਕਿੱਥੇ ਚਲ ਗਈ ਆ ਤੁਹਾਨੂੰ ਦੱਸਣ ਡਿਆ ਆਜ਼ਾਦ ਕਰਤਾ ਉਹਨੂੰ ਹੈ ਆਜ਼ਾਦ ਅੱਗੇ ਉਹ ਗੁਲਾਮ ਸੀ ਪੰਛੀ ਆਜ਼ਾਦ ਹੁੰਦੇ ਆ ਪਿੰਜਰਿਆਂ ਚੋਂ ਨਾ ਕਿ ਘਰ ਦੇ ਮੈਂਬਰ ਬੰਦੇ ਵੀ ਆਜ਼ਾਦ ਹੁੰਦੇ ਆ ਉਹ ਕਿੱਦਾਂ ਉਹ ਬੰਦਰ ਸ਼ਾਡੀ ਦੀਆਂ ਗੱਲਾਂ ਇਹ ਖਾਦਾ ਪੀਤਾ ਹੋਣਾ ਇਹਨੇ ਕੋ ਉਦਾਂ ਹੀ ਲੋਰ ਦੇ ਵਿੱਚ ਬੋਲੀ ਤੁਰਿਆ ਜਾਂਦਾ ਵਾ ਕਿੱਥੇ ਗਈ ਇਦਾਂ ਵੀ ਉਹ ਚਲ ਗਈ ਪੇਕੇ ਆਪਣੇ ਲੈ ਵੇਲਾ ਕਿੱਡੀ ਕਿਸਮਤ ਸਾਡੀ ਮਾੜੀ ਉਹ ਕਿੱਦਾਂ ਹੀ ਤਰਲੇ ਲੈ ਕੇ ਦਾ ਸਿਆਪਾ ਕੀਤਾ ਕੌਣ ਆਇਆ ਇਹ ਲੈਣ ਮੈਂ ਕੱਲ ਹੀ ਰੋਕਣਾ ਕੌਣ ਆਇਆ ਕੌਣ ਹੀ ਲੈਣ ਉਹਨਾਂ ਚੋਂ ਆਪੇ ਗਈ ਕੱਲੀ ਕੇ ਲੈਣ ਉਹਨੂੰ ਫੌਜਾਂ ਨੇ ਆਉਣਾ ਤੇ ਜਦੋਂ ਮੈਂ ਉਹਨੂੰ ਡੱਕ ਕੇ ਗਈ ਹਾਂ ਤੇ ਫਿਰ ਉਹ ਕਿਉਂ ਨਹੀਂ ਟੱਕੀ ਰਹੀ ਫਿਰ ਤੂੰ ਮੁੜ ਕੇ ਕੁਛ ਆਖਿਆ ਵਾ ਉਹਨੂੰ ਆਪੇ ਔਖੀ ਹੁੰਦੀ ਲੈ ਸਾਰਾ ਕਸੂਰ ਇਹਦਾ ਹੀ ਉਹ ਵੇਖ ਲਾ ਸਾਡੇ ਦੋਵਾਂ ਜਾਣਿਆਂ ਦੇ ਜਾਣ ਨਾਲ ਕਿੰਨਾ ਕੰਮ ਖਰਾਬ ਹੁੰਦਾ ਹੀ ਉਹ ਮੇਰਾ ਘਰੋਂ ਪੈਰ ਅਸੀਂ ਕੀ ਪੁੱਟ ਲਿਆ ਇਹਨੇ ਦੇ ਮਗਰੋਂ ਪਤਾ ਕੀ ਉੱਥੇ ਰੌਲਾ ਪਾਇਆ ਹੋਣਾ ਮਗਰ ਇਹਨੇ ਚਲ ਗਈ ਤੇ ਚਲ ਗਈ ਸੁਣ ਨਹੀਂ ਪੈ ਗਈ ਤੇ ਤੂੰ ਕਰਕ ਜਾਂਦਾ ਉਹ ਘਰ ਰਹਿੰਦੀ ਤੂੰ ਦਫਾ ਹੋ ਜਾਂਦਾ ਜਿੱਥੇ ਜਾਣਾ ਸੀਗਾ ਉਹ ਹੀ ਕਹਿੰਦੀ ਸੀ ਮੈਂ ਜਾਣਾ ਜਾਣਾ ਉਹ ਤਾਂ ਗੁੱਸੇ ਨਾਲ ਆਂਦੀ ਹੋਊਗੀ ਗੁਰ ਸਾਹਿਬ ਪਰ ਇਹਨੇ ਵੇ ਕੀ ਕੀਤਾ ਈ ਉਹ ਹੁਣ ਕੀ ਕਰਾਂਗਾ ਏਡੇ ਮਹਿਲਾਂ ਚ ਬਾਰਿਆਂ ਦੇ ਜਗਲੀ ਨੇ ਆਪਣੀ ਜਦੋਂ ਮਾਂ ਨੂੰ ਜਾ ਕੇ ਦੱਸਿਆ ਕੋ ਤਾਂ ਫਿਰ ਸਾਡੀ ਵਾਵਾ ਖੰਭ ਠੱਪਣਗੇ ਅਗਲੇ ਤਾਂ ਕਿਹੜੇ ਮੂੰਹ ਨਾਲ ਜਾਣਾ ਹੀ ਲੈਣ ਆਪਾਂ ਫਿਰ ਕੀ ਏ ਕੀ ਵੇ ਮੁੱਛਾਂ ਦੇ ਹੱਥ ਫੇਰੀ ਜਾਂਦਾ ਈ ਮੂੰਹ ਦੇ ਹੱਥ ਫੇਰੀ ਜਾਂਦਾ ਈ ਉਹ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਕੀ ਕੀਤਾ ਵਾ ਇਹਦੇ ਵੇ ਹੈ ਲੱਥੀ ਜੜੀ ਯਾਦ ਇਹਨੂੰ ਕਿਤੇ ਮੁੰਡੇ ਨੂੰ ਸਾਡੀ ਚੰਗੀ ਏ ਕਿਸਮਤ ਰੋਲਣ ਡਿਆ ਵਾ ਇਹ ਇਹਨੂੰ ਮੈਂ ਤਾਂ ਇੱਕੋ ਗੱਲ ਕਹਿੰਦਾ ਘਰੇ ਇਹਨੂੰ ਸੰਗਲ ਮਾਰੀਏ
संगल लियाओ फिर फट के ओ पिया लियाओ संगल लियाओ संगल सोनू ए काम नी तेन इथे लेके आई मैं खसम करन दा मेनू चा नहीं चढ़िया तुहाडी जिंदगी बनाउण वास्ते मैं इथे आई हां तू ते फिर उन्हां दे खून ते चल गया जिन्ना वर्गा हैगा कि इन्ना वर्गा बन के विखाल मेनू कि चजदा हों तो मेनू पता हों मेरा भी सोभा का सिर उच्चा हों अमलिया वर्गा जिदे अमली छड़ के आई गंदे बंदे मैं नवा खसम करन दे चाच ते ओ तू उन्हां दे चल गया फिर बड़ा चुप करके बड़ा सिर ना खा तेन गल तेन मिर्चा तेन बहुत लग दया संगली बैठे बनते नी एनू फड़ो 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 इन सोनू इन सट ला के मां अपनी चल गया आ जा हूं इन चुक लिए सिर पाड़ गया था पता नहीं कादी किड़ किड़ लाई है इन्हां इन्हां दी नहीं लड़ाई मुकनी ये कलेश ही पाई छड़ दे इन्हां दा कलेश नहीं मुकना मैं ते आप तंग आया इन्हां तों आप तुसी इत्थे आण के बह जांदे जे टब्बर नूं मेरे दुआले कर दिंदे आ मैं ना इत्थे सुख सान नाल बैठा ही कल्ला तू फिर पिछे आ गई इत्थे प्रसाद पाउण मेरे नाल ते होर मैं किथे जावां प्रसाद पाउण मैनूं नहीं पता मैनूं अड करो किहदे नाल होणा अड तूं होणा किहदे नाल मैं ज्योति नाल होर किहदे नाल होणा मैं दस मैनूं कि ननाना नाल भी कोई अड हुंदा ओह कहिंदी मैं इत्थे हिस्सा मंगदी कहिंदी अड दी मालक आ मैं इत्थे उहनें कीता 10 दिन आ 15 दिन आ 2 महीने आ महीना वा उहनें ते अपने घर चल जाणा वा जिन्ना चिर भी है ना इत्थे ते मेरा लहू पीता उन्ने दहां दिनां विच मैनूं 10 साल लगन डए ओ बह जा कोई अड बार नहीं होना क्यों अड किंदा नहीं होना मैं होना मेरा हिस्सा भी है इत्थे इत्थे दी ते मालकन मैं वा ओ किदां हिस्से मंगण डए इत्थे आण के अच्छा जदों तूं पिंड जाके उत्थे गल्लां करदी अपने उत्थे जा जा हिस्से मंगदी आ उहदा भी फिर हक बणदा इत्थे आण के मंगण दा उत्थे मेरे पेके उत्थे ते मेरा हिस्सा है ही अद ते उहदे इत्थे की आ उहदे भी पेके ही आ ਮੈਨੂੰ ਨਹੀਂ ਪਤਾ ਉਹ ਮੈਨੂੰ ਜ਼ਿਆਦਾ ਧਮਕੀਆਂ ਨਾ ਕਹਿੰਦੀ ਆ ਉਹਨੂੰ ਕਲਾਓ ਇੱਥੋਂ ਮੈਨੂੰ ਨਹੀਂ ਪਤਾ ਓਏ ਆਪੇ ਚੱਲ ਜਾਊਗੀ ਜਦੋਂ ਦਾ ਜੇ ਦਿਲ ਕਰੂਗਾ ਤੇ ਜੇ ਉਹਦਾ ਦਿਲ ਸਾਰੀ ਜ਼ਿੰਦਗੀ ਨਾ ਕੀਤਾ ਇੱਥੇ ਰਹੀ ਤੇ ਫਿਰ ਯਾਰ ਇੱਕ ਦਿਨ ਤੇ ਜਾਣਾ ਹੀ ਆ ਉਹ ਇੱਕ ਦਿਨ ਕਿੱਦਾਂ ਆਉਣਾ ਵਾ ਉਹ ਵੀ ਪਤਾ ਲੱਗੇ ਨਾ ਆ ਜਾਊਗਾ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਕਿ ਨਹੀਂ ਨਹੀਂ ਪਹਿਲਾਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਕਿੱਥੇ ਗਈਆਂ ਤੁਹਾਡੀਆਂ ਗੱਡੀਆਂ ਜਿਹੜੀਆਂ ਗੱਡੀਆਂ ਹੁੰਦੇ ਹੁੰਦੇ ਨਿੱਤ ਤੁਸੀਂ ਨਵੀਂ ਗੱਡੀ ਬਦਲ ਕੇ ਆਉਂਦੇ ਹੁੰਦੇ ਸੀ ਦੱਸ ਕਿਹੜੀ ਗੱਡੀ ਲੈਣੀ ਹੈ ਉਹ ਰਹਿਣ ਦੋ ਰਹਿਣ ਦੋ ਰਹਿਣ ਦੋ ਰੱਬ ਨੂੰ ਉੱਤੇ ਥੱਲੇ ਨਾ ਤਾਰੋ ਤੁਸੀਂ ਮੈਂ ਤੇ ਵਿਆਹ ਕਰਕੇ ਪਛਤਾਉਣ ਡਈ ਆ ਤੁਹਾਡੇ ਨਾਲ ਪਹਿਲਾਂ ਤੁਹਾਡੀਆਂ ਇੰਨੀਆਂ ਗੱਲਾਂ ਸੀ ਹੁਣ ਉਹ ਸਹੀ ਗੱਲ ਕਹਿੰਦੇ ਲੋਕੀ ਉਹ ਗੱਡੀਆਂ ਗੁੱਡੀਆਂ ਦੀ ਪਰਵਾਹ ਨਾ ਕਰ ਗੱਡੀਆਂ ਮਿਲ ਜਾਂਦੀਆਂ ਹੁੰਦੀਆਂ ਵਾ ਗੱਡੀਆਂ ਵਾਧੂ ਪਰਵਾਹ ਨਾ ਕਰ ਇੱਥੇ ਬੂਵੇ ਚ ਖਲੋਤੀ ਆ ਨਾ ਤੇ ਅੰਦਰ ਵਾੜ ਲੋ ਖਲਾਰਦਾ ਲਿਆ ਕੇ ਖਲਾਰਦਾ ਲਿਆ ਕੇ ਰਹਿਣ ਦੋ ਬਸ ਕਰੋ ਹੁਣ ਨਹੀਂ ਮੈਨੂੰ ਇਹੋ ਜਿਹੀਆਂ ਗੱਡੀਆਂ ਚਾਹੀਦੀਆਂ ਹੁਣ ਕਬੀਲਦਾਰੀਆਂ ਪਈਆਂ ਨਾ ਹੁਣ ਮੈਨੂੰ ਪਤਾ ਲੱਗਾ ਉਦੋਂ ਤੇ ਮੈਂ ਵੀ ਸੌਂ ਗਈ ਤੁਹਾਡੀਆਂ ਗੱਲਾਂ ਵਿੱਚ ਵੀ ਪਤਾ ਨਹੀਂ ਕਿੱਡੇ ਕੁ ਜਾਇਦਾਦ ਦਾ ਮਾਲਕ ਹੈ ਤੇ ਕਿੱਡੀਆਂ ਕੁ ਗੱਡੀਆਂ ਇਹਦੇ ਕੋਲੋਂ ਲੈ ਆਹ ਰੰਗ ਬਰੰਗੀਆਂ ਗੱਲਾਂ ਨਾ ਤੂੰ ਮੈਨੂੰ ਸੁਣਾ ਇਹ ਚਾਰ ਦਿਨ ਦਾ ਹੀ ਪਿਆਰ ਹੁੰਦਾ ਜਦੋਂ ਆ ਜਾਈਦਾ ਨਾ ਘਰ 'ਚ ਫੇਰ ਪਤਾ ਨਹੀਂ ਕਿੱਧਰ ਨੂੰ ਜਾਂਦਾ ਪਿਆਰ ਪਿਊਰ ਸਭ ਇੱਥੇ ਨਿਕਲਦਾ ਸਾਰਾ ਕੁਝ ਬਾਅਦ 'ਚ ਇੱਥੇ ਹੀ ਨਿਕਲਣਾ ਵਾ ਤੇ ਕੀ ਕਰਾਂ ਹੁਣ ਮੈਂ ਉਹ ਲੜਦੀ ਜਿਹੜੀ ਬਲਾ ਬਿਠਾਈ ਮੇਰੇ ਸਿਰ ਤੇ ਤੁਸੀਂ ਤਾਂ ਗੱਲ ਕਰਨ ਜੋਗੇ ਨਹੀਂ ਜੇ ਉਹ ਯਾਰ ਚੱਲ ਜੂਗੀ ਤੂੰ ਹੌਲੀ ਬੋਲ ਐਵੇਂ ਦੀ ਕੰਨੀ ਆਵਾਜ਼ ਪਊਗੀ ਤੇ ਲੜਾਈ ਹੋਊਗੀ ਤੇ ਡਰਦੀ ਮੈਂ ਦੇਖੋ ਮੈਂ ਤਾਂ ਇੱਧਰ ਮੂੰਹ ਕਰਕੇ ਬੋਲਦੀ ਆ ਜੇ ਮੈਂ ਵੇਖ ਲੂੰਗੀ ਨਜਿੱਠ ਲੂੰ ਮੈਂ ਤੁਸੀਂ ਤੇ ਹੰਨੀ ਕਹੇ ਜੋਗੇ ਉਦੋਂ ਤੇ ਅੰਨੇ ਅੰਨੇ ਹੀ ਕਰੇ ਹਾਂ ਤੇਰੇ ਨਾਲ ਜਿਹੜਾ ਕੋਈ ਗੱਲ ਕਰਦਾ ਮੈਂ ਆਪੇ ਵੇਖ ਲੂੰਗਾ ਤੂੰ ਮੇਰੇ ਭਾ ਦਾ ਸਿਆਪਾ ਪਾਇਆ ਈਓ ਤੁਸੀਂ ਜਨਾਨੀਆਂ ਜਨਾਨੀਆਂ ਲੜੀ ਜਾਣਾ ਮੈਨੂੰ ਉਹਦੀ ਵੀ ਸੋਨੀ ਪੈਣੀ ਤੇਰੀ ਵੀ ਸੋਨੀ ਪੈਣੀ ਆ ਤੇ ਚੁੱਪ ਕਰਕੇ ਬਹਿ ਜਾ ਉੱਚੀ ਨਾ ਬੋਲ ਉਹਨੂੰ ਗੱਲ ਪਤਾ ਲੱਗ ਗਈ ਨਾ
ਉਹਨੇ ਵੀ ਬੋਲਦੀ ਆ ਜਾਣਾ ਤੇ ਤੁਹਾਡੀ ਇੱਥੇ ਲੜਾਈ ਹੋ ਜਾਣੀ ਆ। ਬਸ ਭੈਣ ਕੋਈ ਡਰੀ ਜਾਇਓ, ਹੋਰ ਨਾ ਕੋਈ ਕਰਿਓ ਕਹ, ਉਹਦੇ ਤੋਂ ਡਰਦੇ ਰਿਹਾ ਕਰੋ ਬਸ। ਫਿਰ ਮੈਂ ਉਹਨੂੰ ਕੀ ਕਵਾਂ ਭੈਣ ਆ, 10-10 ਰੁਪਈਏ ਮੰਗਦੇ ਰਹਿੰਦੇ ਉਹਦੇ ਕੋਲੋਂ ਕਾਹੇ ਚੀਜ਼ ਵਾਸਤੇ। ਇੱਥੇ ਬਾਹਰ ਕੁਲਫੀ ਵਾਲਾ ਵੀ ਆ ਜਾਂਦਾ, ਜਦੋਂ ਚਲ ਗਈ ਮੇਰੇ ਕੋਲ ਹੀ ਹੋਣੇ ਪੈਸੇ, ਤੇ ਜੇ ਉਹ ਨਾ ਗਈ ਤੇ ਫਿਰ ਸਾਰੀ ਉਮਰ ਉਹਦੇ ਹੱਥੀ ਗਾੜੀ ਡਾਓਗੇ। ਅੱਛਾ ਭਲਾ ਇਦਾਂ ਵੀ ਹੁੰਦਾ ਵੀ ਉਹਨੇ ਜਾਣਾ ਹੀ ਨਹੀਂ, ਇੱਥੇ ਹੀ ਰਹਿਣਾ? ਉਹਦੇ ਨਹੀਂ ਲੱਛਣ ਜਾਣ ਵਾਲੇ। ਅੱਗੇ ਮੈਨੂੰ ਹੋਰ ਤਰ੍ਹਾਂ ਹੋਣ ਡਿਆ, ਮੇਰੇ ਦਿਲ ਨੂੰ ਕਾਲੀ ਪੈਣ ਡਈ, ਪਤਾ ਨਹੀਂ ਕੀ ਗੱਲ ਵਾ। ਤੁਹਾਡੀ ਧੀ ਨੂੰ ਬਹੁਤ ਮਾੜਾ ਬੋਲਿਆ ਤੇ ਮੇਰੀ ਕਿਸਮਤ ਚੰਗੀ ਹੋ ਜੂਗੀ, ਇਹ ਸਭ ਕਿਸਮਤ ਦੀਆਂ ਖੇਡਾਂ, ਮੈਨੂੰ ਮਾਫ ਕਰ ਦੋ, ਮੈਨੂੰ ਮਾਫ ਕਰ ਦੋ। ਆਵਾਜ਼ ਵੀ ਨਹੀਂ ਹੁਣ ਕੋਈ ਦਿੰਦਾ, ਔਖੇ ਵੇਲੇ ਨਹੀਂ ਕੋਈ ਆਵਾਜ਼ ਦਿੰਦਾ। ਪਰ ਸਾਡੇ ਘਰੋਂ ਨੀ ਲੜਾਈ ਮੁੱਕਣੀ, ਮੇਰੇ ਪਤਾ ਨੀ ਕਿਉਂ ਜੀ ਨੂੰ ਕੁਛ ਜਾ ਹੋਣ ਡਿਆ ਵਾ, ਖੋਜ ਹੀ ਪੈਣ ਡਈ। ਹੋਰ ਸੁੰਦਰ ਇਹ ਨੀ, ਅਜੇ ਨੀ ਮਰਨਾ ਤੇਰਾ, ਅਜੇ ਨੀ ਉਹ ਟਾਈਮ ਹੈਗਾ ਮਰਨ ਦਾ, ਅਜੇ ਨੀ ਹੈਗਾ। ਉਹ ਮੈਂ ਦੋਹਰੇ ਕੀਤਾ ਸੀ, ਉੱਜਣ ਵਾਸਤੇ ਕੀਤਾ ਸੀ, ਨੀ ਮੈਂ ਉੱਜਣ ਵਾਸਤੇ ਕੀਤਾ ਸੀ, ਦੋਹਰੇ ਕੀਤਾ ਸੀ। ਧੀਆਂ ਤੇ ਆਪਣੇ ਘਰੀ ਚਲ ਗਈਆਂ ਤੇ ਨੌ ਰੁੱਸ ਕਿਉਂ ਚਲ ਗਈ ਪੇਕੇ? ਓਏ ਉਹ ਸ਼ਦਾਈ ਦਾ ਕੀ ਆ, ਉਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਨਹੀਂ, ਮੈਨੂੰ ਕਿਹਦੇ ਸਿਰ ਤੇ ਛੱਡ ਕੇ ਚਲ ਗਈ ਆ? ਉਹ ਮੈਨੂੰ ਕਿਹਦੇ ਸਿਰ ਤੇ ਛੱਡ ਕੇ ਚਲ ਗਈ? ਉਹ ਕਿਸਮਤ ਤੇਰੀ ਨਹੀਂ ਮਾੜੀ, ਕਿਸਮਤ ਮੇਰੀ ਮਾੜੀ। ਉਹ ਪੁੱਤ ਨਸ਼ੇੜੀ ਨਿਕਲ ਆਇਆ ਤੇ ਪੁੱਤ ਨੇ ਨਸ਼ੇ ਲਾ ਲਏ, ਘਰ ਉੱਜੜ ਗਿਆ, ਲੋਕੋ ਘਰ ਉੱਜੜ ਗਿਆ ਜੇ, ਘਰ ਉੱਜੜ ਗਿਆ। ਸਰਕਾਰਾਂ ਵੀ ਕੁਝ ਨਹੀਂ ਕਰਦੀਆਂ, ਸਰਕਾਰਾਂ ਵੀ ਕੁਝ ਨਹੀਂ ਕਰਦੀਆਂ, ਆਹ ਵੀ ਕਰਨੇ ਪੈਣੇ। ਉਹ ਲੋਕੋ, ਉਹ ਲੋਕੋ ਬਚਾ ਲਓ ਆਪਣੇ ਪੁੱਤ ਨਸ਼ਿਆਂ ਤੋਂ, ਬਚਾ ਲਓ। ਸਰਕਾਰਾਂ ਨੇ ਕੁਛ ਨਹੀਂ ਉਹ ਕਰਨਾ, ਉਹ ਸਰਕਾਰਾਂ ਨੇ ਨਹੀਂ ਉਹ ਕੁਛ ਵੀ ਕਰਨਾ। ਉਹ ਲੋਕੋ, ਉਹ ਲੋਕੋ ਸਰਕਾਰਾਂ ਨੇ ਕੁਛ ਨਹੀਂ ਕਰਨਾ। ਉਹ ਕਿੱਡੇ ਕਿੱਡੇ ਨੌਜਵਾਨ ਪੁੱਤ ਚਲ ਗਏ ਨਸ਼ਿਆਂ ਨੇ ਖਾ ਲਏ, ਉਹ ਨਸ਼ਿਆਂ ਨੇ ਹੁਣ ਘਰ ਬਰਬਾਦ ਕਰ ਦਿੱਤੇ ਹੋਏ, ਉਹ ਨਸ਼ਿਆਂ ਨੇ ਘਰ ਬਰਬਾਦ ਕਰ ਦਿੱਤੇ ਹੋਏ। ਦੁੰਦਰ 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 ਉਹ ਲੋਕਾਂ ਬਰਬਾਦ ਹੋ ਗਏ ਹੋਏ, ਘਰ ਚਿੜ ਗਿਆ ਆ। ਉਹਨੂੰ ਪੁੱਤ ਨਾ ਕਿਸੇ ਦਾ ਨਸ਼ਿਆਂ ਦੇ ਲੱਗ ਜੇ, ਰੱਬਾ ਪੁੱਤ ਨਾ ਕਿਸੇ ਦਾ ਨਸ਼ਿਆਂ ਦੇ ਲੱਗ ਜੇ। ਉਹ ਨਸ਼ੇੜੀਆਂ ਨੇ ਘਰ ਬਰਬਾਦ ਕਰ ਦਿੱਤੇ ਹੀ ਆ। ਮੈਨੂੰ ਲੱਗਾ ਮੰਮੀ ਦਾ ਨੰਬਰ ਵਾ, ਮੰਮੀ ਆ। ਕੀ ਹੋਇਆ ਵਾ ਡੈਡੀ ਜੀ? ਹੈਂ ਕੀ ਕਹਿਣ ਡਏ ਜੇ? ਹਾਏ ਏਦਾਂ ਨਾ ਕਹੋ ਵੀ, ਕੀ ਹੋਇਆ ਵਾ ਸੁੱਖ? ਕੀ ਹੋਇਆ ਸੁੱਖ? ਕੀ ਹੋਇਆ ਵਾ? ਕੀ ਹੋਇਆ ਵਾ? ਹੈਂ ਕੀ ਗੱਲ ਹੈ? ਹੈਂ ਦੱਸ ਦੇ ਨੀ,
ਸਾਬੀ ਕਿੱਥੇ ਆ ਕਹਿਣਾ ਸਾਬੀ ਬਾਹਰ ਵਾ ਤੂੰ ਲਾਸ ਕੀ ਗੱਲ ਹੋਈ ਆ ਸਵੇਰ ਦੀ ਆਖਣ ਦੀ ਮੇਰੇ ਕੋਲ ਕੋ ਹੋਣ ਡਿਆ ਦਿਲ ਨੂੰ ਸਾਬੀ ਨੇ ਕੁਝ ਕਿਹਾ ਨਹੀਂ ਕੀ ਗੱਲ ਗੱਲ ਹੋਈ ਆ ਡੈਡੀ ਦਾ ਫੋਨ ਹੈ ਕੀ ਹੋਇਆ ਗੱਲ ਚਾਹ ਦੱਸ ਨਾ ਸਾਨੂੰ ਕੀ ਹੋਇਆ ਵਾ ਹੈ ਮੇਰੀ ਮੰਮੀ ਪੂਰੀ ਹੋ ਗਈ ਹਾਂ ਕੀ ਗੱਲ तैयार होके जाने मेरी मम्मी है डैडी मेरे ने इदां दा मजाक थोड़ी करना है पता करके आ जाना।